ਵੈਸੇ ਤਾਂ ਆਹ ਟੋਟਾ ਵੀ ਢਾਣਾ ਪੈਂਦਾ ਕਿ ਇਹ ਡਿੰਗਾ ਵਾ ਟੋਟਾ ਐਨ ਅਤੇ ਗੁਲਾਮ ਮੁਹੰਮਦ ਨਮਾਜ਼ ਪੜ੍ਹਨ ਦੇ ਵਾ ਅਤੇ ਦੁਆ ਕਰਨਾ ਜਿਹੜਾ ਕੰਮ ਚਾਲੂ ਕੀਤਾ ਵਾ ਇਹ ਤੋੜ ਚੜ੍ਹ ਜਾਵੇ, ਅੱਲਾ ਖੈਰ ਕਰੇ, ਖੈਰ ਕਰੀਏ ਦੇ ਨਾਲ ਠੀਕ ਹੈ ਨਾ ਇੱਕ ਕਮਰਾ ਤਿਆਰ ਕਰਨਾ ਵਾ। ਅਤੇ ਔਰ ਮੇਰੀ ਭੈਣ ਵਾਸਤੇ ਵੀ ਜਿਹੜੀ ਮੇਰੀ ਭੈਣ ਨੇ ਇਸ ਵਿੱਚ ਬੜ ਚੜ੍ਹ ਕੇ ਹਿੱਸਾ ਲਿਆ ਵਾ UK ਦੇ ਵਿੱਚੋਂ, ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ, ਇਸ ਵੀਡੀਓ 'ਚ ਵੀ ਦੱਸਦਾ ਵਾਂ ਘੁਮੈਰ ਦੀ ਭੈਣ ਮੇਰੀ ਭੈਣ ਮਾਸ਼ਾਅੱਲਾ, ਸਾਡਾ ਰਿਸ਼ਤਾ ਵੀ ਅੱਲਾ ਤਾਲਾ ਸਦਾ ਬਰਕਰਾਰ ਰੱਖੇ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਉਮੀਦ ਕਰਦਾ ਮੇਰੇ ਭੈਣ ਪੈਸਾ ਠੀਕ ਹੋਣਗੇ, ਅੱਲਾ ਤੁਹਾਨੂੰ ਖੁਸ਼ ਰੱਖੇ, ਸ਼ਾਦਾਬਾਦ ਰੱਖੇ, ਹਾਰਾਂ ਨਾਲ ਦੁੱਖ ਤਕਲੀਫ ਤੋਂ ਨਜਾਤ ਦੇ। ਸਭ ਤੋਂ ਪਹਿਲੇ ਸੁਬਾਹ ਬੋ ਖੈਰ, ਸੁਬਹਾ ਸੁਬਹਾ ਦਾ ਟਾਈਮ ਹੈ, ਅਸੀਂ ਉੱਠੇ ਵਾਂ ਅਤੇ ਅਲਹਮਦੁਲਿਲਾ ਨਮਾਜ਼ ਪੜ੍ਹੀ, ਬੱਚਿਆਂ ਨੇ ਵੀ ਪੜ੍ਹੀ, ਸਾਰਿਆਂ ਨੇ ਨਮਾਜ਼ ਪੜ੍ਹ ਲਈ, ਨਮਾਜ਼ ਪੜ੍ਹ ਕੇ ਅਤੇ ਕਿਉਂਕਿ ਮਿਸਤਰੀ ਆਉਣ ਵਾਲੇ ਵਾ, ਕੰਧ ਜਿਸ ਤਰ੍ਹਾਂ ਕਿ ਢਾਈ ਹੋਈ ਵਾ ਮਿਸਤਰੀ ਆਉਣ ਵਾਲੇ, ਮੈਂ ਕਿਹਾ ਉਸ ਤੋਂ ਪਹਿਲੇ ਪਹਿਲੇ ਨਾ ਇੱਟ ਥੋੜ੍ਹੀ ਜਿਹੀ ਸੁੱਕੀ ਸੀਗੀ ਅਤੇ ਪੈਪ ਲਾ ਕੇ ਨਾ ਤਰਾਈ ਲਾਉਣੀ ਸ਼ੁਰੂ ਕੀਤੀ। ਅਲੀ ਰਜ਼ਾ ਕਹਿੰਦਾ ਮੈਂ ਪਾਪਾ ਤਰਾਈ ਲਾਉਂਦਾ, ਮੈਂ ਕਿਹਾ ਚਲੋ ਠੀਕ ਆ। ਅਤੇ ਗੁਲਾਮ ਮੁਹੰਮਦ ਵੀ ਵਾਸੀਆਂ ਲਈ ਜਾ ਰਿਹਾ ਅਤੇ ਤੁਸੀਂ ਨਾਸ਼ਤੇ ਦੀ ਤਿਆਰੀ ਕਰੋ। ਜਲਦੀ ਉੱਠ ਗਿਆ ਅੱਜ, ਹਾਂਜੀ। ਅਤੇ ਨਾਸ਼ਤਾ ਤੁਸੀਂ ਤਿਆਰ ਕਰੋ ਅਤੇ ਅੱਲਾ ਖੈਰ ਕਰੇ। ਇੱਧਰੋਂ ਨਾ ਤਰਾਈ ਮਸਲਾਂ ਲੱਗਣ ਦੇਈ ਵਾ ਇੱਟਾਂ ਨੂੰ ਅਤੇ ਮਿਸਤਰੀਆਂ ਦੇ ਆਉਣ ਤੋਂ ਪਹਿਲੇ ਪਹਿਲੇ ਮੈਂ ਫੜਦਾ ਪੈਪ ਮੁੜ ਕੇ। ਅਲੀ ਰਜ਼ਾ 2 ਮਿੰਟ ਲਾਉਂਦਾ ਵਾ ਕਿਉਂਕਿ ਵਲੋਗ ਵੀ ਨਾਲ ਤਿਆਰ ਕਰਨਾ ਵਾ। ਅਲੀ ਰਜ਼ਾ ਪਹਿਲੇ ਲਾਉਂਦਾ ਵਾ ਤਰਾਈ, ਫਿਰ ਮੈਂ ਲਾਉਂਦਾ ਵਾ, ਠੀਕ ਹੈ। ਅਤੇ ਔਰ ਅਲਹਮਦੁਲਿਲਾ ਕੱਲ੍ਹ ਐਰਾ ਸਾਡਾ ਕੰਪਲੀਟ ਹੋ ਚੁੱਕਿਆ ਸੀ, ਅੱਜ ਅਲਹਮਦੁਲਿਲਾ ਅੱਜ ਸਾਡਾ ਮਸਲਨ ਕੰਮ ਸਟਾਰਟ ਹੋਣ ਲੱਗਾ ਵਾ, ਅੱਲਾ ਖੈਰ ਕਰੇ। ਅਤੇ ਔਰ ਇਨਸ਼ਾਅੱਲਾ ਜੋ ਵੀ ਅੱਜ ਦਾ ਸੀਨ ਹੋਏਗਾ ਭੈਣ ਭਾਈ ਨਾਲ ਸ਼ੇਅਰ ਕਰਦੇ ਰਹਾਂਗੇ। ਮੇਰੇ ਭੈਣ ਭਾਈ ਸਾਡੀ ਵੀਡੀਓ ਦੇ ਨਾਲ ਜੁੜੇ ਰਹਿਣਾ ਅਤੇ ਸ਼ਾਜ਼ੀਆ ਨਾਸ਼ਤਾ ਬਣਾਉਣ ਲੱਗੀ ਕਿਉਂਕਿ ਬੱਚਿਆਂ ਨੂੰ ਸਕੂਲ ਵੀ ਭੇਜਣਾ ਅਤੇ ਫਿਰ ਮਿਸਤਰੀ ਮਜ਼ਦੂਰਾਂ ਨੇ ਵੀ ਆ ਜਾਣਾ। ਪਾਪਾ ਜੀ ਨਾਲੇ ਬੂਟਿਆਂ ਨੂੰ ਕੀ ਪਾਣੀ ਲਾ ਦਿਓ, ਹਾਂਜੀ ਚਲੋ ਜੀ, ਅਲਹਮਦੁਲਿਲਾ ਇੱਟਾਂ ਦੀ ਸਾਰੀ ਤਰਾਈ ਮੈਂ ਕਰ ਦਿੱਤੀ ਵਾ, ਅੱਲਾ ਖੈਰ ਕਰੇ। ਅਤੇ ਮਿਸਤਰੀ ਭਾਈ ਵੀ ਆਉਣ ਵਾਲੇ ਵਾ ਅਤੇ ਉਹ ਵੀ ਪਹੁੰਚ ਜਾਂਦੇ ਵਾ ਅਤੇ ਅੱਲਾ ਖੈਰ ਕਰੇ। ਸੂਰਜ ਵੈਸੇ ਇਸ ਸਾਈਡ ਤੋਂ ਚੜ੍ਹਿਆ ਅਤੇ ਇੱਧਰਲੀ ਸਾਈਡ ਤੋਂ ਪਤਾ ਲੱਗਦਾ ਵਾ ਕਿ ਸੂਰਜ ਆ ਗਿਆ ਵਾ, ਧੁੱਪ ਨਿਕਲਣੀ ਸ਼ੁਰੂ ਹੋ ਗਈ ਵਾ ਕਿਉਂਕਿ ਇੱਧਰੋਂ ਅੱਗੇ ਆ ਜਾਂਦੇ ਕਮਰੇ, ਇਹ ਦੇਖੋ ਕਮਰੇ। ਅਤੇ ਅੱਲਾ ਖੈਰ ਕਰੇ ਮਿਸਤਰੀ ਭਾਈ ਆਉਂਦੇ ਵਾ ਅਤੇ ਉਹ ਲੱਗਦੇ ਵਾ ਅਤੇ ਉਹਨਾਂ ਨੂੰ ਹਲੇ ਸੀਮਿੰਟ ਨਹੀਂ ਲਿਆਉਂਦਾ, ਸੀਮਿੰਟ ਲੈ ਕੇ ਆਉਣਾ ਵਾ, ਠੀਕ ਹੈ। ਕਿਉਂ ਜਿਵੇਂ ਆਉਂਦੇ ਆ ਅਤੇ ਫਿਰ ਕਿਉਂਕਿ ਮੋਟਰਸਾਈਕਲ 'ਤੇ ਜਿਹੜੀ ਉਹ ਸੇਲ ਕਰ ਚੁੱਕੇ ਵਾ, ਠੀਕ ਹੈ। ਫਿਰ ਆਉਂਦੇ ਨਾ ਤਾਂ ਉਹ ਬਾਈ ਨੂੰ ਕਹਾਂਗਾ ਕਿ ਇੱਥੇ ਨਾਲ ਹੀ ਨਾ ਮਤਲਬ ਉੱਥੋਂ ਜਾ ਕੇ ਨਾ ਗੱਟੂ ਦੋ ਨਾ ਸੀਮਿੰਟ ਦੇ ਮੋਟਰਸਾਈਕਲ 'ਤੇ ਹੀ ਲੱਦ ਲਿਆ। ਅਤੇ ਸ਼ਾਜ਼ੀਆ ਬਣਾ ਰਹੀ ਆ ਖਾਣਾ, ਨਾਸ਼ਤਾ ਬਣਾ ਰਹੀ ਆ ਮਸਲਨ ਸੁਬਹਾ ਦਾ ਬੱਚਿਆਂ ਨੂੰ ਤਿਆਰ ਮਤਲਬ ਸਕੂਲ ਵਾਸਤੇ। ਅਲੀ ਰਜ਼ਾ ਆਪਣੀ ਵਰਦੀ ਪਾ ਕੇ ਬੈਠ ਚੁੱਕਿਆ ਵਾ ਅਤੇ ਬਾਕੀ ਮੇਰਾ ਪੁੱਤ ਤਿਆਰੀ ਕਰਨ ਦਿਆ। ਅੱਛਾ ਬਾਈ ਨੂੰ ਤਿਆਰ ਕਰਨ ਦਿਆ ਵਾ, ਚਲੋ ਬੈਲਟ ਵੀ ਪਾ ਲਓ। ਇੱਧਰ ਪੁੱਪੋ ਨੂੰ ਵੀ ਸ਼ਾਮ ਕਰ ਲਓ ਨਾ, ਹਾਂਜੀ। ਅਤੇ ਅਰੇ ਸਮੀਉੱਲਾ ਦੀਆਂ ਪਤਾ ਨਹੀਂ ਅੱਖਾਂ ਨੂੰ ਕੀ ਆਇਆ, ਇਹਨੂੰ ਕਰੀ ਅੱਖਾਂ।
ਅੱਖਾਂ ਨੂੰ ਪਤਾ ਨਹੀਂ ਕੀ ਗੱਲ, ਅੱਖਾਂ ਨਾ ਸੁੱਜੀਆਂ ਸੁੱਜੀਆਂ ਜੀਆਂ, ਪਤਾ ਨਹੀਂ ਕੀ ਇਹਨੂੰ ਵੀ ਨਾ, ਅੱਜ ਸਕੂਲੋਂ ਉਹ ਕਹਿ ਜਾਣਾ ਫਿਰ ਤੈਨੂੰ ਨਾ ਲੈ ਕੇ ਜਾਂਦਾ ਮੈਂ ਡਾਕਟਰ ਕੋਲ, ਹੈਂ। ਚੱਲ ਮੇਰਾ ਪੁੱਤ, ਅੱਲਾ ਖੈਰ ਕਰੇ। ਚਲੋ ਭਾਈ ਨੂੰ ਨਾ ਬੈਲਟ ਪਾ ਅਤੇ ਆ ਜਾਓ, ਨਾਸ਼ਤਾ ਕਰ ਲਓ। ਅਤੇ ਇੱਧਰ ਨਾਸ਼ਤਾ ਤਿਆਰ ਹੋ ਰਿਹਾ ਵਾ, ਨਾਸ਼ਤਾ ਸ਼ਾਦੀਆ ਤਿਆਰ ਕਰਨ ਦਾ ਹੀ ਵਾ। ਚਲੋ ਤੁਸੀਂ ਨਾਸ਼ਤਾ ਤਿਆਰ ਕਰਕੇ ਅਤੇ ਇਹਨਾਂ ਨੂੰ ਫਿਰ, ਹਾਂ ਮੇਰੇ ਲਈ ਵੀ ਰੋਟੀ ਬਣਾ ਦੇ ਨਾਲ ਹੀ, ਫਿਰ ਤੈਨੂੰ ਪਤਾ। ਹਾਂ ਟਿਫਨ ਵੀ ਇਹਨਾਂ ਨੂੰ, ਹਾਂ ਟਿਫਨ ਇਹਨਾਂ ਨੂੰ ਪੈਕ ਕਰਦੀ, ਹੁਣ ਲੇਟ ਛੁੱਟੀ ਹੁੰਦੀ ਇਹਨਾਂ ਨੂੰ। ਚੱਲ ਜੀ, ਨਾਸ਼ਤਾ ਸਭ ਦਾ ਤਿਆਰ ਕਰਕੇ ਦਿੱਤਾ ਵਾ ਅਤੇ ਬੱਚਿਆਂ ਨੂੰ ਟਿਫਨ ਪੈਕ ਕਰਨੀ ਆ, ਅਤੇ ਸਮੀਰਲਾ ਤੁਸੀਂ ਆਪਣਾ ਟਿਫਨ ਨਹੀਂ ਦਿੱਤਾ, ਹੈਂ। ਅੱਛਾ, ਅਤੇ ਤੁਸੀਂ ਆਪਣਾ ਟਿਫਨ ਲੈ ਕੇ ਜਾਣਾ? ਨਹੀਂ, ਚਲੋ ਮੈਂ ਗੁਲਾਮ ਮੁਹੰਮਦ ਨੇ ਨਾ ਟਿੱਕੀ ਬਣਾਈ ਸੀ, ਗੁਲਾਮ ਮੁਹੰਮਦ ਕਹਿੰਦਾ ਮੈਨੂੰ ਟਿੱਕੀ ਬਣਾ ਕੇ ਦੇ ਦਿਓ। ਮਾਸ਼ਾਅੱਲਾ ਜੀ, ਖਾਣਾ ਵਗੈਰਾ ਸਭ ਕੁਛ ਰੈਡੀ ਕਰ ਲਿਆ ਵੀ, ਕਰਕੇ ਹੁਣ ਸਮੀਰਲਾ ਦਾ ਟਿਫਨ ਰਹਿ ਗਿਆ ਪੈਕ ਕਰਨ ਵਾਲਾ, ਹੈ ਨਾ ਸਮੀਰਲਾ? ਸਮੀਰਲਾ ਦਾ ਟਿਫਨ ਮੈਂ ਬੈਗ 'ਚ ਪਾਉਣਾ, ਵੀਰੇ ਪਾਣੀ ਦੀ ਬੋਤਲ ਉਹਨਾਂ ਨੂੰ ਹੈਗਾ ਨਹੀਂ, ਰੱਖੀ ਫਰਿੱਜ 'ਚ ਅਤੇ ਉਹ ਲਿਆ, ਅਤੇ ਆਪਣੀ ਬੇਟਾ ਜਲਦੀ ਨਾਲ ਚੱਲ ਜਾਓ, ਤੂੰ ਕਦੇ ਦੇਰ ਹੋ ਰਹੀ ਹੈ, ਠੀਕ ਆ? ਗੁਲਾਮ ਅਹਿਮਦ ਕਿੱਥੇ ਗਿਆ? ਚੱਲ ਉਹਨੂੰ ਮੈਂ ਦੇਖਦੀ ਹਾਂ। ਅੱਛਾ ਜੀ, ਮਾਸ਼ਾਅੱਲਾ, ਅਲਹਮਦੁਲਿਲਾ, ਬੱਚੇ ਤਿਆਰ ਹੋ ਗਏ, ਨਾਸ਼ਤਾ ਕਰ ਲਿਆ, ਮੈਂ ਵੀ ਕਰ ਲਿਆ, ਸਾਰਿਆਂ ਨੇ ਨਾਸ਼ਤਾ ਕਰ ਲਿਆ, ਔਰ ਅੱਲਾ ਖੈਰ ਕਰੇ। ਮਿਸਤਰੀ ਭਾਈ ਵੀ ਆ ਕੇ ਬੈਠੇ ਵਾ, ਅਤੇ ਬਸ ਹਲੇ ਮਜ਼ਦੂਰ ਦੀ ਇੰਤਜ਼ਾਰ, ਮਜ਼ਦੂਰ ਭਾਈ ਆਉਣ ਦਾ ਇੰਤਜ਼ਾਰ ਆ। ਮਿਸਤਰੀ ਪਹਿਲੇ ਆ ਗਿਆ, ਮਜ਼ਦੂਰ ਬਾਅਦ 'ਚ, ਅਤੇ ਅੱਲਾ ਖੈਰ ਕਰੇ ਇਹਨਾਂ ਆਉਂਦਾ ਵਾ ਬਾਈ, ਅਤੇ ਫਿਰ ਇਹਨਾਂ ਨੂੰ ਮੈਂ ਉੱਥੋਂ ਨਿਸ਼ਾਨ ਦਿੰਦਾ ਵਾਂ। ਅਤੇ ਵੈਸੇ ਮੈਂ ਲੇਟਣ ਲੱਗਾ ਸੀਗਾ, ਬਾਈ ਕਹਿੰਦਾ ਪਹਿਲੇ ਸਾਨੂੰ ਉਹਨਾਂ ਨਿਸ਼ਾਨ ਤੋਂ ਬਾਅਦ ਸਿੱਧਾ ਕਰਾ ਦੇ, ਫਿਰ ਇਨਸ਼ਾਅੱਲਾ ਫਿਰ ਨਾ ਤੂੰ ਲੇਟ ਗਈ। ਮੈਂ ਕਿਹਾ ਚਲੋ ਠੀਕ ਆ, ਪਹਿਲੇ ਇਹਨਾਂ ਨੂੰ ਹੁਣ ਨਿਸ਼ਾਨ ਸਿੱਧਾ ਕਰਵਾਉਂਦੇ ਹਾਂ, ਅਤੇ ਬੱਚੇ ਜਾ ਰਹੇ ਵਾ ਸਕੂਲ। ਚਲੋ ਮੇਰਾ ਪੁੱਤ, ਸ਼ਾਬਾਸ਼, ਅੱਲਾ ਹਾਫਿਜ਼, ਅੱਲਾ ਹਾਫਿਜ਼। ਅੱਛਾ ਜੀ, ਮਾਸ਼ਾਅੱਲਾ, ਅਲਹਮਦੁਲਿਲਾ, ਬਾਈ ਆ ਗਿਆ, ਬਾਈ ਨਾ ਆਪਣਾ ਮਸਾਲਾ ਤਿਆਰ ਕਰਨਾ ਸ਼ੁਰੂ ਕੀਤਾ ਹੋਇਆ ਵਾ, ਅੱਲਾ ਖੈਰ ਕਰੇ। ਮਸਾਲਾ ਇਸ ਜਗ੍ਹਾ 'ਤੇ ਤਿਆਰ ਹੋ ਰਿਹਾ ਵਾ, ਸ਼ਾਜ਼ੀ ਆਪਣਾ ਕੰਮ ਕਰਨ ਦੇ ਹੀ ਵਾ, ਮਸਾਲਾ ਇਸ ਜਗ੍ਹਾ 'ਤੇ ਤਿਆਰ ਕਰਨ ਦੇ ਵਾ। ਤੁਸੀਂ ਮੈਨੂੰ ਦਵਾਈ ਦੇ ਦਿਓ, ਠੀਕ ਆ? ਅਤੇ ਬਾਈ ਆਪਣੀ ਉਨੀ ਦੇਰ ਰੇਤ ਸੁੱਟ ਲੈਂਦਾ ਉਹਦੇ ਆਉਣ ਤੱਕ। ਮਾਸ਼ਾਅੱਲਾ ਜੀ, ਅਲੀਜ਼ਾਦਾ ਦੇ ਪਾਪਾ ਨੂੰ ਮੈਡੀਸਨ ਦੇ ਦਿੱਤੀ ਆ, ਕਿਉਂਕਿ ਮੈਡੀਸਨ ਨਾਲ ਹੀ ਆ ਜ਼ਿੰਦਗੀ ਹੁਣ, ਬਸ ਦਵਾਈਆਂ ਡੇਲੀ ਖਾਂਦੇ ਆ। ਅੱਛਾ ਜੀ, ਮਾਸ਼ਾਅੱਲਾ, ਅਲਹਮਦੁਲਿਲਾ, ਕੰਮ ਸਾਡਾ ਸਟਾਰਟ ਹੋ ਚੁੱਕਿਆ ਵਾ, ਔਰ ਅਲਹਮਦੁਲਿਲਾ ਬਿਸਮਿਲ੍ਲਾ ਪੜ੍ਹ ਦਿੱਤੀ ਵਾ, ਇਹ ਨਿਸ਼ਾਨ ਲਾ ਦਿੱਤਾ ਵਾ, ਅਸੀਂ ਉੱਧਰੋਂ ਪਮੈਸ਼ਾ ਕੱਢ ਕੇ ਲਿਆ ਕੇ ਇੱਧਰੋਂ ਇਹ ਨਿਸ਼ਾਨ ਲਾਇਆ, ਅੱਲਾ ਖੈਰ ਕਰੇ, ਠੀਕ ਹੈ ਨਾ? ਇਹ ਸਾਡਾ ਨੌਂ ਦਾ ਨਿਸ਼ਾਨ, ਮਤਲਬ ਇੰਨੀ ਦੀਵਾਰ, ਉਹ ਦੀਵਾਰ ਨਾਲੋਂ ਇੰਨੀ ਦੀਵਾਰ ਸਾਡੀ ਬਾਹਰ ਟੁਰ ਕੇ ਨਾ ਇੱਧਰ ਨੂੰ ਆਈ ਹੈ, ਅਤੇ ਉੱਧਰੋਂ ਅੱਲਾ ਖੈਰ ਕਰੇ ਬਿਸਮਿਲ੍ਲਾ ਪੜ੍ਹੀ ਹੈ, ਅਤੇ ਇੱਧਰਲੀ ਸਾਈਡ ਤੋਂ ਅੱਲਾ ਖੈਰ ਕਰੇ। ਹੁਣ ਇਹਨੂੰ ਕੰਮ ਨੂੰ ਕਰਦੇ ਵਾਂ ਸਟਾਰਟ, ਬਸ ਮੇਰੇ ਭੈਣ ਭਾਈ ਦੁਆ ਕਰਨਾ, ਅੱਲਾ ਤਾਲਾ ਇਹਨੂੰ ਖੈਰ ਖਰੀਅਤ ਨਾਲ ਤੋੜ ਚਾੜੇ, ਔਰ ਇਹ ਮਾਸ਼ਾਅੱਲਾ ਸ਼ੁਰੂ ਕਰ ਦਿੱਤਾ ਵਾ, ਅਲਹਮਦੁਲਿਲਾ, ਅੱਲਾ ਖੈਰ ਕਰੇ। ਅਤੇ ਇੱਥੋਂ ਸਿਰਫ ਇੰਨਾ ਕਿ ਟੋਟਾ ਹੀ ਬਹੁਤ ਔਖਾ ਲੱਗਣਾ, ਕਿਉਂਕਿ ਨਾਲ ਹੈਗੀ ਦੀਵਾਰ, ਅਤੇ ਦੋ ਨਾਲ ਜਿਹੜੀ ਜੋੜ ਕੇ ਲਾਉਣੀ ਪੈਂਦੀ ਨਾ, ਇਸ ਵਜ੍ਹਾ ਤੋਂ ਇੰਨਾ ਕਿ ਟੋਟਾ ਔਖਾ ਥੋੜ੍ਹਾ ਜਿਹਾ ਲੱਗਣਾ, ਬਾਕੀ ਅੱਲਾ ਖੈਰ ਕਰੇ ਭੱਜ ਕੇ ਨਾ ਲੱਗਦਾ ਜਾਣਾ ਸਾਰਾ। ਮਾਸ਼ਾਅੱਲਾ, ਅਲਹਮਦੁਲਿਲਾ, ਇੱਧਰੋਂ ਨਾ ਵਾਰ ਪਹਿਲਾ ਸਾਡਾ ਰੰਗਿਆ ਗਿਆ, ਅੱਲਾ ਖੈਰ ਕਰੇ। ਅਤੇ ਇੱਧਰਲੀ ਸਾਈਡ ਤੋਂ ਮਸਲਨ ਇਹਦੇ ਨਾਲ ਜੁੜ ਕੇ ਉੱਧਰੋਂ ਵੀ ਵਾਇਆ ਬਚ ਗਿਆ ਵਾ, ਠੀਕ ਹੈ ਨਾ? ਵੈਸੇ ਤਾਂ ਇਹ ਟੋਟਾ ਵੀ ਢਾਣਾ ਪੈਂਦਾ ਕਿ ਇਹ ਡਿੰਗਾ ਵਾ ਟੋਟਾ ਐਂ ਨੂੰ, ਠੀਕ ਹੈ ਨਾ? ਇਹ ਨਹੀਂ ਅਸੀਂ ਢਾ ਰਹੇ, ਅਸੀਂ ਆਖਿਆ ਤੂੰ, ਮੈਂ ਕਿਹਾ ਨਾਲ ਜੋੜ ਕੇ ਨਾ ਬਸ ਲਾ ਦਿਓ, ਇੰਨੀ ਮਿਹਨਤ ਨਹੀਂ ਕਰਨੀ ਹੈਗੀ। ਅਤੇ ਬਾਕੀ ਅੱਲਾ ਖੈਰ ਕਰੇ, ਅਲਹਮਦੁਲਿਲਾ।
ਕੰਮ ਜਿਹੜਾ ਵਾ ਸਟਾਰਟ ਹੋ ਚੁੱਕਿਆ ਵਾ। ਇਹ ਦੇਖੋ ਇੰਨਾ ਮਸਲਨ ਫਾਸਲਾ ਨਿਕਲਿਆ, ਠੀਕ ਹੈ ਨਾ। ਦੇਖੋ ਪੂਰਾ ਮਸਲਨ ਫੁੱਟ ਦਾ ਫਾਸਲਾ ਜਿਹੜਾ ਦੀਵਾਰ ਦੇ ਨਾਲ, ਦੀਵਾਰੇ ਦੇ ਨਾਲ ਜੁੜ ਕੇ ਇਸ ਕੰਧ ਦੇ ਨਾਲ ਸੀ, ਫੁੱਟ ਦਾ ਫਾਸਲਾ ਨਿਕਲਿਆ। ਅਤੇ ਬਾਕੀ ਅੱਲਾ ਖੈਰ ਕਰੇ, ਹੁਣ ਇਨਸ਼ਾਅੱਲਾ ਚਨਾਈ ਇਹਦੀ ਚਾਲੂ ਕਰ ਦਿੱਤੀ। ਅੱਲਾ ਖੈਰ ਕੰਮ ਕਰਨ ਲੱਗੇ ਹੋਏ ਆ ਮਾਸ਼ਾਅੱਲਾ ਜੀ, ਮਾਸ਼ਾਅੱਲਾ। ਤਿੰਨ ਵਾਰ ਲਗਾ ਤਿਆ ਅਤੇ ਫਿਰ ਇੱਧਰ ਬਾਹਰ ਦੇ ਬਰਾਬਰ ਆਈ ਆ ਦੀਵਾਰ, ਅਤੇ ਇੱਧਰ ਅੰਦਰੋਂ ਨਾ ਡੂੰਘੀ ਆ ਕਾਫੀ, ਤੇ ਹੁਣ ਮਾਸ਼ਾਅੱਲਾ ਦੀਵਾਰ ਵੀ ਨਾਲੇ ਸਿੱਧੀ ਹੋ ਗਈ ਆ ਕਾਫੀ। ਵਿਹੜਾ ਹੈਗਾ ਉੱਚਾ, ਦੇਖੋ ਇੰਨੀ ਜ਼ਿਆਦਾ ਵਾ ਭਰਤੀ, ਹਾਲੇ ਵੀ ਥੋੜ੍ਹੀ ਥੋੜ੍ਹੀ ਹੋੜ ਪਾਉਣੀ। ਅਸੀਂ ਉੱਧਰ ਵੀ ਸਾਈਡ ਉੱਚੀ ਰੱਖੀ ਹੋਈ ਹੈ ਕਿਉਂਕਿ ਉਹ ਬਾਹਰ ਨਾ ਸੜਕ ਦੇ ਬਰਾਬਰ ਰੱਖਿਆ ਨਾ ਵੀ, ਕਿਉਂਕਿ ਕਾਲੂ ਸੜਕ ਵਗੈਰਾ ਬਾਹਰ ਸੋਨਕ ਲੱਗ ਜਾਣ। ਅੱਲਾ ਖੈਰ ਕਰੇ, ਕਿਉਂਕਿ ਸਹੂਲਤਾਂ ਹੁੰਦੀਆਂ ਹੀ ਆ, ਸੋਲਕ ਵਗੈਰਾ ਬਣਦੇ ਹੀ ਆ। ਉੱਦਾਂ ਤਾਂ ਵੈਸੇ ਲੱਗਿਆ ਹੋਇਆ ਇੱਟਾਂ ਦਾ, ਅਤੇ ਵੀ ਪੱਕਾ ਸੋਲਕ ਜਿਹੜਾ ਬਜਰੀ ਵਗੈਰਾ ਦਾ ਹੁੰਦਾ ਅਤੇ ਸ਼ਾਇਦ ਲੱਗ ਜਾਵੇ, ਤਾਂ ਵਾਸਤੇ ਕਾਫੀ ਉੱਚਾ ਅਸੀਂ ਘਰ ਬਣਾਇਆ ਵੀ ਰੋਜ਼ ਰੋਜ਼ ਕਿਹੜਾ ਬਣਦੇ। ਅੱਲਾ ਖੈਰ ਕਰੇ, ਇੱਕ ਵਾਰੀ ਮੈਲੀ ਰਜ਼ਾ ਦੇ ਪਾਪਾ ਨੂੰ ਕਿਹਾ ਸੀ ਮਕਾਨ ਉੱਚੇ ਉੱਚੇ ਬਣਾਉਣੇ, ਮਾਸ਼ਾਅੱਲਾ ਸੋਹਣੇ ਬਣੇ। ਅੱਲਾ ਤਾਲਾ ਕਰਮ ਕਰੇ, ਖੈਰ ਕਰੇ। ਅਤੇ ਅੱਜ ਅੱਲਾ ਖੈਰ ਕਰੇ ਕੁਛ ਨਾ ਕੁਛ ਬਾਹਰ ਦੀ ਚਾਰ ਦੁਆਰੀ ਹੋ ਜੂਗੀ, ਕਿਉਂਕਿ ਇਸ ਵਜ੍ਹਾ ਇੱਥੋਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਵੀ, ਕਿਉਂਕਿ ਪਰਦਾ ਨਹੀਂ ਹੈ ਵੀ ਠੀਕ ਕਰ ਦਿੱਤਾ ਵਾ ਕੋਈ ਨਾ। ਅੱਲਾ ਖੈਰ ਕਰੇ, ਅਤੇ ਹੁਣ ਅਲੀ ਰਜ਼ਾ ਦੇ ਪਾਪਾ ਸੌਂ ਗਏ ਸੀਗੇ ਅਤੇ ਫਿਰ ਮੈਂ ਵੀ ਸਾਰਾ ਕੰਮ ਵਗੈਰਾ ਕਰਕੇ, ਅਤੇ ਮੈਂ ਕਿਹਾ ਦੇਖਾ ਭਾਈ ਹੁਣੀ ਇਹਨਾਂ ਨੇ ਕਿੰਨਾ ਕੁ ਕੰਮ ਕੀਤਾ ਵਾ, ਅਤੇ ਉਹ ਦਿਖਾ ਲਿਆ ਮੈਂ ਝਾੜੂ ਵਗੈਰਾ ਲਗਾ ਲਿਆ, ਸਾਰਾ ਕੰਮ ਕਰ ਲਿਆ, ਬਰਤਨ ਵੀ ਧੋ ਲਿਆ, ਕੱਪੜੇ ਨਹੀਂ ਧੋਤੇ, ਬਹੁਤ ਗਰਮੀ ਹੋ ਗਈ ਅੱਜ, ਗਰਮੀ ਵੀ ਬਹੁਤ। ਚਲੋ ਜੀ, ਬੱਚੇ ਮੇਰੇ ਪੜ੍ਹ ਕੇ ਆ ਚੁੱਕੇ ਹੈ, ਗੁਲਾਮ ਮੁਹੰਮਦ ਆ ਗਿਆ। ਵਾਲੇਕੁਮ ਸਲਾਮ, ਵਾਲੇਕੁਮ ਸਲਾਮ। ਬੱਚੇ ਆ ਗਏ, ਕਾਫੀ ਗਰਮੀ। ਬੇਟਾ ਬੈਠੋ ਬੈਠੋ ਬੈਠੋ, ਠੀਕ ਹੈ ਨਾ, ਇੱਥੇ ਬੈਠ ਜਾ, ਆਹ ਚਾਰ ਪਾਈ 'ਤੇ ਬੈਠ ਜਾਓ, ਅਤੇ ਮੈਂ ਨਾ ਪਾਣੀ ਲਿਆ ਕੇ ਪਿਲਾਉਂਦੀ। ਹਾਂ ਪਾਪਾ ਤੇਰੇ ਸੁੱਤੇ ਪਏ ਆ, ਅਤੇ ਮਾਸ਼ਾਅੱਲਾ ਮਿਸਤਰੀ ਵਗੈਰਾ ਦੇ ਵੀ ਦੁਪਹਿਰ ਦਾ ਟਾਈਮ ਹੋ ਗਿਆ ਸੀ ਨਾ, ਬੱਚੇ ਹੁਣ ਆ ਗਏ, ਛੁੱਟੀ ਕਰ ਕੇ ਚਲ ਗਿਆ। ਸੀਮਿੰਟ ਜਿਹੜਾ ਬਚਿਆ ਸੀ ਉਹ 'ਚ ਮਸਾਲਾ ਪਾਣੀ ਪਾ ਕੇ ਦੁੱਧ ਤੋਂ ਢੱਕ ਗਏ ਵੀ ਮਸਾਲਾ ਸੁੱਕੇ ਨਾ, ਅਤੇ ਮਾਸ਼ਾਅੱਲਾ ਦੀਵਾਰ ਵੀ ਦਿਖਾਉਂਦੇ ਆ ਕਿੰਨੇ ਵਾਰ ਲੱਗ ਗਏ, ਮਾਸ਼ਾਅੱਲਾ ਕੋਈ 5-7 ਵਾਰ ਲੱਗ ਚੁੱਕੇ ਆ। ਚਲੋ ਲਓ, ਅੱਜ ਸ਼ਾਮ ਤੱਕ ਅੱਲਾ ਖੈਰ ਕਰੇ ਨਾ ਥੋੜ੍ਹਾ ਬਹੁਤ ਪਰਦਾ ਹੋ ਜਾਏਗਾ, ਮੈਨੂੰ ਲੱਗਦਾ। ਅਲੀ ਰਜ਼ਾ ਬੇਟਾ ਦੇਖੋ ਕਿੰਨੇ ਵਾਰ ਲੱਗ ਚੁੱਕੇ ਆ, ਦੇਖੋ ਇੰਨੀ ਕੰਧ ਹੋ ਗਈ ਮਾਸ਼ਾਅੱਲਾ, ਹੈ ਹੀ ਕਾਫੀ ਡੂੰਘੀ ਸੀ। ਅਤੇ ਮੈਂ ਨੀਚੇ ਉੱਤਰ ਕੇ ਦਿਖਾਉਂਦੀ ਹਾਂ ਤਕਰੀਬਨ, ਆਹ ਬਸ ਇਹ 2-3 ਵਾਰ ਰਹਿ ਗਏ ਫਿਰ। ਅੱਲਾ ਖੈਰ ਕਰੇ, ਹਾਂਜੀ ਕਮਰੇ ਦੇ ਬਰਾਬਰ ਹੋ ਜਾਣੇ। ਹਾਂਜੀ ਬਾ, ਉਹ ਸ਼ਾਇਦ ਸ਼ਾਮ ਤੱਕ ਬੇਟਾ ਹੋ ਜਾਵੇ। ਆ ਜਿਹੜੀ ਨੁੱਕਰ 'ਚ ਵਾਰ ਸੀਗੇ ਨਾ, ਆਹਲੇ ਬਹੁਤ ਮੁਸ਼ਕਿਲ ਲੱਗੇ ਕਿਉਂਕਿ ਜਗ੍ਹਾ ਕੰਮ ਸੀ ਇਸ ਲਈ ਨਾ, ਅਤੇ ਮੁਸ਼ਕਿਲ ਲੱਗੇ ਭਾਈ ਖੈਰੇ। ਅਤੇ ਇੱਕ ਗਰਮੀ ਵੀ ਆ ਅਤੇ ਹਵਾ ਵੀ ਨਹੀਂ ਚੱਲ ਰਹੀ ਇਸ ਲਈ, ਅਤੇ ਵੀ ਤਾਂ ਹਵਾ ਚੱਲੇ ਤਾਂ ਫਿਰ ਤਾਂ ਨਹੀਂ, ਇੰਨੀ ਜ਼ਿਆਦਾ ਗਰਮੀ ਹੋਵੇ ਤਾਂ ਹਵਾ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ, ਬਸ ਅੱਲਾ ਤਾਲਾ ਹਵਾ ਵਗੈਰਾ ਚਲਾ ਦੇਵੇ। ਮੇਲਾ ਬੇਟਾ ਪਾਣੀ ਪੀ ਲਾ ਅਤੇ ਫਿਰ ਵਰਦੀ ਵਗੈਰਾ ਉਤਾਰ ਲਈ, ਠੀਕ ਹੈ ਨਾ। ਅਤੇ ਭਾਈਆਂ ਨੂੰ ਵੀ ਪਾਣੀ ਦੇ ਦੇ, ਗੁਲਾਮ ਮੁਹੰਮਦ ਨੇ ਆਉਂਦੇ ਨੇ, ਵਰਦੀ ਵਗੈਰਾ ਲਾ ਦਿੱਤੀ ਹੈ। ਫਿਰ ਖਾਣਾ ਲਿਆ ਦਵਾ, ਤੁਹਾਨੂੰ ਸਬਰ ਕਰਾ 2 ਮਿੰਟ। ਚਲੋ ਠੀਕ ਆ, ਪਾਣੀ ਤਾਂ ਪੀ ਲਓ, ਰਾਤ ਪੈਦਲ ਚੱਲ ਗਿਆ ਹੈ, ਗਰਮੀ ਬਹੁਤ ਜ਼ਿਆਦਾ, ਠੀਕ ਹੈ ਨਾ। ਗਰਮੀ ਜ਼ਿਆਦਾ ਤਾਂ ਨਹੀਂ ਸੀ, ਸਕੂਲੇ ਤਾਂ ਨਹੀਂ ਗਰਮੀ ਲੱਗੀ ਕੀ? ਅੱਛਾ ਚਲੋ ਠੀਕ ਆ ਜੀ। ਮਾਸ਼ਾਅੱਲਾ ਅਲਹਮਦੁਲਿਲਾ ਅਲਹਮਦੁਲਿਲਾ, ਐਰਾ ਸਾਡਾ ਭਰਿਆ ਗਿਆ, ਬਸ ਇਹਦੇ ਰਹਿ ਗਏ ਵਾ 1 ਅਤੇ 2। ਐਵੇਂ ਲੈਵਲ ਕਢਵਾ ਕੇ ਨਾ ਹੁਣ ਨਿਸ਼ਾਨ ਲਵਾ ਕੇ ਟਿਆ, 2 ਵਾਰ ਇਹਦੇ ਰਹਿ ਗਏ। 2 ਵਾਰਾਂ ਤੋਂ ਬਾਅਦ ਉਤਲੀ ਫਿਰ ਕੰਧ ਸ਼ੁਰੂ ਹੋਣੀ ਵਾ, ਮਸਲਨ ਹੋ ਗਿਆ ਐਰਾ, ਇੱਧਰੋਂ ਕੰਪਲੀਟ ਹੋ ਗਿਆ, ਵਿੱਚੋਂ ਅੱਲਾ ਖੈਰ ਕਰੇ। ਇਹ ਦੇਖੋ ਜੀ ਹੁਣ ਦੀਵਾਰ ਦੇਖੋ, ਚੈੱਕ ਕਰੋ। ਅਤੇ ਇੱਕ ਕਮੈਂਟ ਸੀਗਾ ਕਿ ਭਾਈ ਦੀਵਾਰ ਤੁਸੀਂ ਕਿਉਂ ਢਾਈ, ਅਤੇ ਮੈਂ ਦੱਸਣ ਦਿਆ ਸੀਗਾ ਕਿ ਦੀਵਾਰ ਨਾ ਇੱਧਰ ਨੂੰ ਟੇਢੀ ਆ, ਦੇਖੋ ਇੱਥੋਂ ਹੀ ਮਹਿਸੂਸ ਹੁੰਦੀ ਆ, ਹੁਣ ਪਤਾ ਲੱਗਦਾ ਕਿ ਸਿੱਧੀ ਦੀਵਾਰ ਆ, ਠੀਕ ਹੈ। ਇਹ ਗੌਰ ਕਰੋ, ਮਾਨੀ ਸਾਈਡ 'ਤੇ ਹੋਈ,
ਇਹ ਦੇਖੋ ਸਿੱਧੀ ਹੋ ਗਈ, ਠੀਕ ਹੈ ਨਾ। ਪਹਿਲੇ ਆਉਂਦੀ ਸੀ ਇੱਧਰ ਇਹ ਦੀਵਾਰ, ਇਹ ਜਿਹੜੀ ਮਿੱਟੀ ਹੈ ਨਾ ਇਹਦੇ ਨਾਲ ਜੁੜ ਕੇ ਆਉਂਦੀ ਸੀ ਕਿ ਐਂ ਮਸਲਾਂ ਟੇਢੀ ਸੀ ਬਿਲਕੁਲ, ਹੁਣ ਸਿੱਧੀ ਕੀਤੀ ਆ ਦੀਵਾਰ, ਅੱਲਾ ਖੈਰ ਕਰੇ ਇਹ ਹੋ ਚੁੱਕਿਆ ਵਾ। ਅਤੇ ਮਾਸ਼ਾਅੱਲਾ ਅਲਹਮਦੁਲਿਲਾ ਆਪੀ ਦੀ ਤਰਫੋਂ ਮਸਲਨ ਬਹੁਤ ਦੁਆਵਾਂ ਉਹਦੇ ਵਾਸਤੇ, ਅਤੇ ਅੱਲਾ ਖੈਰ ਕਰੇ। ਔਰ ਅਲੀ ਰਜ਼ਾ ਪਾਣੀ ਲਾ ਰਿਹਾ ਇੱਟਾਂ ਨੂੰ ਕਿਉਂਕਿ ਉੱਤੇ ਜਿਹੜੀ ਇੱਟ ਇਹ ਲੱਗਣੀ ਵਾ, ਠੀਕ ਹੈ ਨਾ। ਦੇਖਾਂਗੇ ਕਿੱਥੇ ਤੱਕ ਹਿਸਾਬ ਕਿਤਾਬ ਦਾ ਜਾਂਦਾ ਇਹ ਵੀ ਇਨਸ਼ਾਅੱਲਾ, ਅੱਲਾ ਖੈਰ ਕਰੇ। ਮੈਂ ਕਿਹਾ ਨਾਲ ਹੀ ਨਾ ਇਹਨੂੰ ਮੇਰਾ ਪੁੱਤ ਤਾਰ ਕਰ ਦੇ, ਠੀਕ ਹੈ ਨਾ, ਕਿਉਂਕਿ ਤਰਾਈ ਬਹੁਤ ਔਖੀ ਫਿਰ ਫੜਨ ਦੀ, ਗਰਮੀ ਵੀ ਬਹੁਤ ਜ਼ਿਆਦਾ। ਇਹ ਦੇਖੋ ਮੇਰੇ ਵੱਲ ਪਸੀਨਾ ਕਿੰਨਾ ਆਇਆ, ਠੀਕ ਹੈ ਨਾ। ਇੱਕ ਉਧਰੋਂ ਹੈ ਉੱਦਾਂ ਦਾ ਮਸਲਨ ਹੈਗਾ ਮੈਂ ਕਿ ਧੁੱਪ ਦੇ ਵਿੱਚ ਨਾ ਵੈਸੇ ਮੈਨੂੰ ਹੈ ਵਾ, ਅਤੇ ਕਿਤੇ ਨਵਾਂ ਗਰਮੀ ਵੀ ਬਹੁਤ ਜ਼ਿਆਦਾ, ਗਰਮੀ ਵੀ ਐਂਡ ਕੀਤੀ ਖੜੀ। ਅੱਲਾ ਖੈਰ ਕਰੇ ਮੇਰੇ ਭੈਣ ਭਾਈਆਂ ਦੀਆਂ ਬਸ ਦੁਆਵਾਂ ਚਾਹੀਦੀਆਂ, ਦੁਆ ਕਰਨਾ ਅੱਲਾ ਖੈਰ ਕਰੀਏ ਨਾਲ ਇਹਨੂੰ ਤੋੜ ਚਾੜੇ। ਅਤੇ ਅਲੀ ਰਜ਼ਾ ਪਾਣੀ ਲਾ ਰਿਹਾ ਵਾ ਇਹਨਾਂ ਨੂੰ, ਇਹ ਢੇਰੀਆਂ ਪਾਣੀ ਲਾ ਲੱਗ ਜਾਂਦੀਆਂ ਵਾ ਦੋਨੋਂ ਢੇਰੀਆਂ। ਮੈਂ ਕਿਹਾ ਤਰਾਈ ਕਰ ਲਾ, ਅਤੇ ਉਹ ਪਰਲੀ ਢੇਰੀ ਨੂੰ ਵੀ ਨਾ ਤਰਾਈ ਲਵਾਉਣੇ, ਕਿਉਂ ਕਿਉਂਕਿ ਇਹ ਐਰਾ ਭਰ ਕੇ, ਠੀਕ ਹੈ ਨਾ, ਸਭ ਤੋਂ ਪਹਿਲੇ ਅਗਲੇ ਐਰੇ ਦੇ ਕੰਪਲੀਟ ਕਰਨੇ ਵਾ, ਠੀਕ ਹੈ। ਅਗਲੇ ਐਰੇ ਕੰਪਲੀਟ ਕਰਕੇ ਫਿਰ ਇਹਦਾ ਸਹੀ ਸਮਝ ਆਉਣੀ ਵਾ ਕਿ ਇੱਥੇ ਕਿੱਥੇ ਮਕਾਨ ਆ ਰਿਹਾ, ਕੀ ਹਿਸਾਬ ਕਿਤਾਬ ਆ ਰਿਹਾ, ਕਿੱਦਾਂ ਆ ਰਿਹਾ, ਫਿਰ ਇਨਸ਼ਾਅੱਲਾ ਅਗਲੇ ਐਰੇ ਕੰਪਲੀਟ ਕਰਕੇ ਅਤੇ ਫਿਰ ਪਤਾ ਲੱਗੇਗਾ ਇਹਦਾ ਕਿੱਥੇ ਮਤਲਬ ਕਮਰਾ ਵਗੈਰਾ ਇੱਦਾਂ ਕਿਹੜੀ ਚੀਜ਼ ਕਿੱਥੇ ਆ ਰਹੀ, ਕਿਹੜੀ ਚੀਜ਼ ਕਿੱਥੇ ਆ ਰਹੀ, ਫਿਰ ਇਹਦੀ ਸਮਝ ਆਏਗੀ। ਅਤੇ ਅੱਲਾ ਖੈਰ ਕਰੇ ਉਨੀ ਦੇਰ ਨੂੰ ਭਰ ਦੇ ਨਾ ਭਰ ਕੇ ਫਿਰ ਐਰੇ ਸਿੱਧੇ ਕਰਵਾਵਾਂਗੇ। ਮਾਸ਼ਾਅੱਲਾ ਜੀ ਅਲਹਮਦੁਲਿਲਾ ਐਰਾ ਹੋ ਗਿਆ ਸਾਡਾ ਕੰਪਲੀਟ, ਮਸਲਨ ਇੱਥੇ ਤੱਕ ਐਰਾ ਸਾਡਾ ਆਉਣਾ ਸੀ, ਲੇਕਿਨ ਇਹਦੇ ਉੱਤੇ ਤੇਗਾ ਲੱਗਣਾ ਸੀ, ਤੇਗਾ ਨਹੀਂ ਲਾ ਰਿਹਾ ਕਿ ਤੇਗੇ ਦੀ ਮਸਲਨ ਪਹੁੰਚ ਨਹੀਂ ਹੈ ਕਿ ਤੇਗਾ ਲਾਈਏ, ਤੇਗੇ ਦੀ ਪਹੁੰਚ ਨਹੀਂ ਹੈ। ਅਤੇ ਬਸ ਇਹਦੇ ਉੱਤੇ ਹੁਣ ਦੀਵਾਰ ਚੱਕਣੀ ਸ਼ੁਰੂ ਕਰਨ ਲੱਗੇ ਵਾਂ, ਅੱਲਾ ਖੈਰ ਕਰੇ। ਅਤੇ ਇੱਧਰ ਐਰਾ ਸਾਡਾ ਕੰਪਲੀਟ ਹੋ ਗਿਆ ਅੱਲਾ ਖੈਰ ਕਰੇ ਅਤੇ ਅਲਹਮਦੁਲਿਲਾ। ਅਤੇ ਹੁਣ ਜਿਹੜੀ ਉਹ ਇੱਟ ਪਰੇ ਕੱਢ ਦਿੱਤੀ, ਜਿਹੜੀ ਉਹ ਇੱਟ ਲੱਥੀ ਸੀਗੀ ਉਹ ਉੱਤੇ ਲਾਉਣੀ ਸ਼ੁਰੂ ਕਰਨ ਲੱਗੇ ਵਾ, ਕਿਉਂਕਿ ਇਹ ਪਰਦਾ ਮਸਲ 4 ਇੰਚੀ ਦਾ ਜਾਣਾ, ਦੀਵਾਰ ਜਿਹੜੀ ਮਸਲ ਨਾ 4 ਇੰਚੀ ਦੀ ਜਾਣੀ ਆ। ਅਤੇ ਗਰਮੀ ਕਾਫੀ ਜ਼ਿਆਦਾ ਸੀ, ਧੁੱਪ ਬਹੁਤ ਜ਼ਿਆਦਾ ਸੀਗੀ, ਮੈਂ ਇਸ ਕਰਕੇ ਫਿਰ 10 ਮਿੰਟ ਰੈਸਟ ਮਾਰੀ, ਰੈਸਟ ਮਾਰ ਕੇ ਫਿਰ ਆ ਕੇ ਨਾ ਸ਼ੁਰੂ ਕਰਵਾਇਆ ਕੰਮ। ਫਿਰ ਅੱਲਾ ਖੈਰ ਕਰੇ ਹੁਣ ਮਾਸ਼ਾਅੱਲਾ ਥੋੜ੍ਹਾ ਜਿਹਾ ਠੰਡਾ ਹੋਇਆ ਵਾ, ਅਤੇ ਹੁਣ ਐਟ ਜਿਹੜੀ ਚੁੱਕ ਕੇ ਲਵਾਉਣੀ ਸ਼ੁਰੂ ਕੀਤੀ ਹੈ। ਔਰ ਕਮਰੇ ਦਾ ਸਿਸਟਮ, ਕਮਰੇ ਦਾ ਇੱਕ ਇਹ ਦਾੜਾ ਛੱਡ ਦਿੱਤਾ ਵਾ ਇੱਥੋਂ ਜੀ ਕਮਰਾ ਵਾ, ਅਤੇ ਬਾਕੀ ਇਹ ਜਿਹੜੀ 4 ਦੀਵਾਰੀ ਹੋ ਰਹੀ, ਅੱਲਾ ਖੈਰ ਕਰੇ ਇੱਧਰਲੀ ਜਿਹੜੀ ਨਾ 4 ਦੀਵਾਰੀ ਮੁਕੰਮਲ ਹੋ ਰਹੀ, ਇੱਧਰਲਾ ਇਹ ਕਮਰਾ ਹੋ ਗਿਆ, ਠੀਕ ਹੈ। ਮੈਂ ਕਿਹਾ ਸੀ, ਮੈਂ ਕਿਹਾ ਜਦੋਂ ਨਾ ਇਹਦਾ ਅਸੀਂ ਕਰਾਂਗੇ ਨਾ ਉੱਤੇ ਲਿਜਾਵਾਂਗੇ ਫਿਰ ਸਮਝ ਆਏਗੀ ਕਿ ਇਹਦਾ ਹੁਣ ਕੀ ਹਿਸਾਬ ਕਿਤਾਬ ਆ, ਕੀ ਨਹੀਂ। ਇਹ ਜੀ ਕਮਰੇ ਦਾ ਹੋ ਗਿਆ, ਅਤੇ ਬਾਕੀ ਅੱਲਾ ਖੈਰ ਕਰੇ ਇੱਧਰਲੀ ਸਾਈਡ ਦੀ 4 ਦੀਵਾਰੀ ਹੋ ਗਈ। ਸ਼ਾਜ਼ੀਆ ਬਰਤਨ ਧੋਣ ਦੇ ਹੀ, ਅਤੇ ਔਰ ਹਲੇ ਐਰੇ ਕੰਪਲੀਟ ਨਹੀਂ ਹੋਏ ਇਹ ਦੀਵਾਰ ਸਭ ਤੋਂ ਪਹਿਲੇ, ਕਿਉਂਕਿ ਪਰਦਾ ਚੱਕਣ ਦੇ ਵਾ। ਮੈਂ ਕਿਹਾ ਪਰਦਾ ਚੱਕ ਲਓ, ਪਰਦਾ ਚੱਕ ਕੇ ਇਹ ਤਾਂ ਮਾਸ਼ਾਅੱਲਾ ਅਲਹਮਦੁਲਿਲਾ ਐਰੇ ਵਾਸਤੇ ਸਾਡੀ ਹਲੇ ਕਾਫੀ ਜ਼ਿਆਦਾ ਪਈ ਹੋਈ ਹੈ। ਇਹ ਦੇਖੋ ਐਰੇ ਵਾ ਇੱਟ ਪਈ ਹੋਈ ਆ, ਐਰੇ ਸਾਡੇ ਅਲਹਮਦੁਲਿਲਾ ਮਕਾਨ ਦੇ ਕੰਪਲੀਟ ਹੋ ਜਾਣੇ, ਠੀਕ ਹੈ ਨਾ। ਉਹ ਦੀਵਾਰ ਚੱਕਣਗੇ, ਦੀਵਾਰ ਚੱਕ ਕੇ ਫਿਰ ਅਗਲੇ ਐਰੇ ਜਦੋਂ ਭਰ ਕੇ ਲਿਆਉਣਗੇ ਫਿਰ ਸਹੀ ਤਰੀਕੇ ਨਾਲ ਨਕਸ਼ਾ ਇਹਦਾ ਕੰਪਲੀਟ ਨਜ਼ਰ ਆਏਗਾ, ਅੱਲਾ ਖੈਰ ਕਰੇ। ਹੁਣ ਕਦੇ ਨਵਾਂ ਬੱਚੇ ਜਿਹੜੇ ਵਾ ਉਹ ਟਿਊਸ਼ਨ ਜਾ ਚੁੱਕੇ ਵਾ, ਠੀਕ ਹੈ। ਹਾਲੇ ਵੀ ਸੂਰਜ ਨਾਲ ਸਿੱਧਾ ਮੂੰਹ ਤਾਂ ਪੈਂਦਾ, ਠੀਕ ਹੈ। ਗਰਮੀ ਵੀ ਅੱਜ ਬਹੁਤ ਜ਼ਿਆਦਾ ਵਾ, ਅਤੇ ਸ਼ਾਜ਼ੀਆ ਗਰਮੀ ਵਾਕਈ ਅੱਜ ਬਹੁਤ ਜ਼ਿਆਦਾ। ਤੁਹਾਡੇ ਬਰਤਨ ਧੁੱਪੇ ਨਹੀਂ? ਹਵਾ ਨਹੀਂ ਜਾ ਰਹੀ, ਬਰਤਨ ਹੁਣੀ ਧੋਣ ਲੱਗੀ ਸੀ, ਤੁਹਾਨੂੰ ਪਤਾ ਬਰਤਨ ਜਿਹੜਾ ਅੱਛਾ ਵਗੈਰਾ ਖਾਂਦਾ ਬੱਚਿਆਂ ਨੂੰ ਆਇਸ ਕਰੀਮ ਆ ਦਿੰਦੇ ਨੇ ਖਾਣ ਦੇ ਤਾਂ। ਬੱਚੇ ਚਲੇ ਗਏ ਟਿਊਸ਼ਨ? ਹਾਂਜੀ, ਮਾਸ਼ਾਅੱਲਾ ਸਕੋਲਾ ਪੜ੍ਹ ਕੇ ਆ ਗਏ ਆ। ਅੱਛਾ, ਸਕੋਲਾ ਪੜ੍ਹ ਕੇ ਦਿੰਦਾ ਕਿ ਫਿਰ ਹੁਣ ਤੁਸੀਂ ਟਿਊਸ਼ਨ ਪੜ੍ਹੋ ਤੇ ਮੈਂ ਕਾ। ਅਸਲ ਤੇ ਉਹਨਾਂ ਦਾ ਵੀ ਕੋਈ ਨਹੀਂ ਪਤਾ ਲੱਗਦਾ ਹੈਗਾ, ਇਧਰੋਂ ਆਉਂਦੇ ਗਰੀਬ ਤੇ ਦਸਤੀ ਹੀ ਚਲੇ ਜਾਂਦੇ ਆ, ਆਉਣਾ ਤੇ ਦਸਤੀ ਨਿਕਲ ਜਾਣਾ। ਉਹਨਾਂ ਨੇ ਦਸਤੀ ਮਸਲਣ ਆਏ ਤੇ ਚਲੇ ਗਏ। ਮੈਂ ਇੱਧਰ ਧਿਆਨ ਲੱਗਾ ਸੀ, ਮੈਂ ਪੈਡ ਪੂਡ ਕਰਾਉਂਦਿਆ ਸੀ ਕਿਤੇ ਆਏ ਤੇ ਫਿਰ ਆ ਕੇ ਤੇ ਫਿਰ ਟਿਊਸ਼ਨ ਚਲੇ ਗਏ।
ਚਲੋ ਅੱਛਾ ਅੱਲਾ ਖੈਰ ਕਰੇ। ਅਤੇ ਮੈਂ ਮਾਸ਼ਾਅੱਲਾ ਅਲੀ ਰਜ਼ਾ ਦੇ ਸਾਰੇ ਪੌਦੇ ਬਚਾ ਬਚਾ ਕੇ ਨਾ ਕੰਮ ਕਰਵਾ ਰਿਹਾ, ਸ਼ਰੀਂ ਵੀ ਬਚ ਗਿਆ ਅਤੇ ਇਹ ਵੀ, ਠੀਕ ਹੈ ਨਾ। ਲੇਕਿਨ ਸ਼ਰੀਂ ਦੀ ਸੀਟ ਆ ਜ਼ਿਆਦਾ ਟੈਨਸ਼ਨ ਕਿ ਉਹ ਸ਼ਰੀਂ ਨਾ ਜਾਂਦਾ ਰਹੇ, ਠੀਕ ਹੈ। ਉਹ ਮੇਰੇ ਪੁੱਤ ਨੇ ਸ਼ੌਕ ਨਾਲ ਲਾਇਆ ਸੀ, ਉਹ ਵੀ ਸਾਰੇ ਪੌਦੇ ਉਹਦੇ ਸ਼ੌਕ ਦੇ ਆ, ਲੇਕਿਨ ਉਹ ਨਾ ਜਾਵੇ, ਉਹ ਬਚਾਇਆ ਮਾਸ਼ਾਅੱਲਾ ਅਲਹਮਦੁਲਿਲਾ। ਅਤੇ ਉਹਦੇ ਨਾਲ ਹੈ ਨਾ ਵਿੱਥ ਰਹਿ ਗਈ ਵਾ, ਜਿਹੜੀ ਵਿੱਥ ਨਾ ਉਹ ਮਿੱਟੀ ਨਾਲ ਭਰਨੀ ਵਾ ਪਹਿਲੇ। ਇਹ ਮਤਲਬ ਮਸਾਲਾ ਜਿਹੜਾ ਪਿਆ ਵਾ ਇਹ ਮਕਾ ਲੈਣਗੇ, ਮਕਾਣਗੇ ਨਾ ਫਿਰ ਭਾਈ ਨੂੰ ਕਹਾਂਗੇ, ਜਿਹੜੀ ਆਹ ਫੱਟੇ ਲਾਏ ਨਾ ਇਹਦੇ ਨਾਲ ਜਿਹੜੀ ਵਿੱਥ ਵਾ, ਫਿਰ ਇਹ ਨਾ ਭਾਈ ਨੂੰ ਕਹਾਂਗੇ ਕਿ ਬਾਹਰੋਂ ਨਾ ਮਿੱਟੀ ਲਿਆ ਕੇ ਨਾ ਇਹ ਸਾਰੀ ਨਾ ਨਾਲ ਪਾ ਦੇ। ਬਾਹਰਲੀ ਸਾਈਡ ਤੋਂ ਮੈਂ ਲਵਾ ਦਿੱਤੀ ਹੈ ਮਿੱਟੀ, ਅਤੇ ਅੰਦਰਲੀ ਸਾਈਡ ਜਿਹੜੀ ਹੈ ਨਾ ਇਹ ਸਾਈਡ ਜਿਹੜੀ ਇਹ ਰਹਿੰਦੀ ਵਾ ਨਾਲ, ਇਹ ਹਲੇ ਰਹਿੰਦੀ। ਮੈਂ ਕਿਹਾ ਚਲੋ ਇਹ ਫਿਲਹਾਲ ਦੀਵਾਰ ਪੜਦਾ, ਚੱਕੋ ਨਾ ਸ਼ਾਮ ਨੂੰ ਮੁੜ ਕੇ ਫਿਰ, ਖੈਰ ਅੱਜ ਸ਼ਾਮ ਨੂੰ ਨਾ ਹੋਇਆ ਤਾਂ ਸਵੇਰੇ ਹੋ ਜਾਏਗਾ, ਕਿਉਂਕਿ ਸਵੇਰੇ ਜਦੋਂ ਐਰੇ ਪੱਟਣੇ ਉਦੋਂ ਐਰਿਆਂ ਵਾਲੀ ਵੀ ਮਿੱਟੀ ਨਿਕਲਣੀ ਵਾ, ਉਹ ਫਿਰ ਵਿੱਚ ਪਾ ਦਾਂਗੇ। ਬਾਕੀ ਬਾਹਰਲੀ ਸਾਈਡ ਤੋਂ ਅਲਹਮਦੁਲਿਲਾ ਦੇਖੋ ਨਾਲ ਨਾਲ ਨਾ ਤੋੜ ਹੀ ਮੈਂ ਇਸ ਤਰ੍ਹਾਂ ਨਾਲ ਮਿੱਟੀ ਲਵਾ ਛੱਡੀ ਆ। ਹੁਣ ਮੈਂ ਥੱਲੇ ਨਹੀਂ ਉੱਤਰ ਸਕਦਾ, ਠੀਕ ਹੈ, ਹੁਣ ਥੱਲੇ ਨਹੀਂ ਉੱਤਰਿਆ ਜਾਂਦਾ, ਠੀਕ ਆ। ਰਾਤ ਲਈ ਹੁਣ ਉੱਚੀ ਹੋ ਗਈ ਵਾ, ਅੱਗੇ ਮੈਂ ਬਹੁਤ ਮੁਸ਼ਕਲ 'ਤੇ ਚੜ੍ਹ ਕੇ ਆਇਆ। ਹਾਂਡੀ ਬਣਾਉਣੀ ਸ਼ੁਰੂ ਕਰ ਦਿੱਤੇ। ਵਾਲੇਕਮ ਸਲਾਮ, ਇੱਧਰ ਪੁੱਤ ਵੀ ਆ ਗਏ ਮੇਰੇ, ਸਲਾਮ ਕਰੋ ਫੁੱਫੋ ਨੂੰ, ਸ਼ਾਮ ਕਰੋ। ਤੁਸੀਂ ਨਹੀਂ ਕਰਨੀ ਅਤੇ ਉਹ ਤੁਸੀਂ ਆ ਛੋਟੀ ਫੜੀ ਆ, ਅੱਛਾ ਕੁੱਤੇ ਤੋਂ ਫੜ ਕੇ ਲਿਆ, ਅੱਛਾ ਫੜ ਕੇ ਆ ਗਏ ਮੇਰੇ ਪੁੱਤ ਟਿਊਸ਼ਨ। ਚਲੋ ਅੱਛਾ ਅੱਲਾ ਕਰਕੇ, ਚਲੋ ਰੱਖੋ ਮੇਰਾ ਪੁੱਤ ਬਸ ਅਤੇ ਅੱਛਾ ਅੱਛਾ ਚਲੋ ਅੱਛਾ ਅੱਲਾ ਖੈਰ ਕਰੇ। ਅੱਜ ਬਣਾਉਣ ਲੱਗੇ ਵਾਂ ਰੈਸਪੀ ਦੇ ਵਿੱਚ, ਅੱਜ ਆਲੂ ਕੱਲੇ ਛੋਰੇ ਵਾਲੇ, ਠੀਕ ਹੈ ਨਾ। ਬਸ ਅੱਜ ਪਾਣੀ ਪਿਲਾਓ ਮੇਰੇ ਪੁੱਤ ਨੂੰ, ਇਹ ਪਾਣੀ ਦੋ ਇਹਨਾਂ, ਚੱਲ ਠੰਡਾ ਪਾਣੀ ਹੈਗਾ। ਅਤੇ ਅੱਛਾ ਜੀ ਮਾਸ਼ਾਅੱਲਾ ਅਲਹਮਦੁਲਿਲਾ, ਉੱਧਰੋਂ ਸਾਡਾ ਅੱਲਾ ਖੈਰ ਕਰੇ ਨਾਲ ਕੰਮ ਵੀ ਚੱਲਦਾ ਪਿਆ ਵਾ, ਅਤੇ ਕਿਤੇ ਨਵਾਂ ਹੁਣ ਆ ਗਿਆ ਅਲੀ ਰਜ਼ਾ। ਸਭ ਤੋਂ ਪਹਿਲੇ ਨਾ ਆਪਣੀਆਂ ਸਬਜ਼ੀਆਂ 'ਤੇ, ਮਤਲਬ ਆਪਣੇ ਪੌਦਿਆਂ ਉੱਤੇ, ਕਿ ਕੋਈ ਪੌਦੇ ਨੂੰ ਇਹਨਾਂ ਨੇ ਨੁਕਸਾਨ ਪਹੁੰਚਾ ਤਾਂ ਨਹੀਂ ਦਿੱਤਾ ਹੈਗਾ। ਹਾਂ ਵੀ ਕੋਈ ਪੌਦਾ ਟੁੱਟਿਆ ਤਾਂ ਨਹੀਂ ਟੁੱਟਾ ਨਾ। ਚੱਲ ਮੇਰਾ ਪੁੱਤ ਐਵੇਂ ਦੀਵਾਰ ਹੋਣੀ ਸ਼ੁਰੂ ਹੋ ਗਈ, ਅਤੇ ਇਹ ਜੀ ਵਿੱਚ ਪਿੱਲਰ ਦੇ ਉੱਤੇ ਇਸ ਜਗ੍ਹਾ 'ਤੇ ਇਹ ਵੰਡ ਕੱਢ ਕੇ ਨਾ ਮੁਸਲਮਾਨ ਨੇ ਇੱਥੋਂ ਮਾਸ਼ਾਅੱਲਾ ਉੱਤੇ ਹੁਣ ਨਾ ਪੜਦਾ ਹੋਣਾ ਸ਼ੁਰੂ ਹੋ ਗਿਆ। ਇਹ ਇਸੇ ਤਰ੍ਹਾਂ ਹੀ ਨਾ ਪੜਦਾ, ਨਾਲ ਮੈਂ ਤੁਰਾਈ ਲਵਾ ਰਿਹਾ, ਕਿਉਂਕਿ ਇਹ ਇੱਟ ਜਿਹੜੀ ਹੈ ਨਾ ਇਹ ਉੱਤੇ ਲਵਾਉਣੀ ਸ਼ੁਰੂ ਕੀਤੀ ਆ। ਇਹ ਜਿਹੜੀ ਇੱਟ ਇਹ ਸਿਰਫ ਅਸੀਂ ਐਰਿਆਂ ਦੇ ਵਿੱਚ ਨਾ ਰੱਖਾਂਗੇ, ਐਰੇ ਦੇ ਮਕਾਨ ਦੇ ਮੁਕੰਮਲ ਕਰਾਂਗੇ, ਬਾਕੀ ਜਿਹੜੀ ਬਚੇਗੀ ਉੱਤੇ ਇੱਟ, ਕਿਉਂਕਿ ਇਹ ਹੈਗੇ ਪੁਰਾਣੇ, ਮਤਲਬ ਜਿਹੜੀ ਪੁਰਾਣੇ ਪੁਰਾਣੀ ਇੱਟ ਹੁੰਦੀ ਨਾ ਪਿੱਛੇ ਜਿਹੜੀ ਪੁਰਾਣੀ ਸੀਗੀ ਇੱਟ, ਉਹ ਇੱਟ ਬਹੁਤ ਹੀ ਮਤਲਬ ਬੈਸਟ ਸੀਗੀ। ਜਿਹੜੀ ਹੁਣ ਦੀ ਇੱਟ ਆਉਂਦੀ ਆਉਂਦੀ ਇਹ ਵੀ ਠੀਕ ਆ, ਲੇਕਿਨ ਉਸ ਇੱਟ ਮਤਲਬ ਉਹਦੇ ਵਿੱਚ ਅਤੇ ਇਹਦੇ 'ਚ ਬੜਾ ਫਰਕ ਆ। ਕਿਉਂ ਅੱਛਾ ਨਹੀਂ ਇਸੇ ਤਰ੍ਹਾਂ ਹੈ ਨਹੀਂ? ਹਾਂ ਇਹਦਾ ਇੱਕ ਤਾਂ ਸੱਚਾ ਇੱਕੋ ਜਿਹਾ ਹੁੰਦਾ ਵਾ ਪੁਰਾਣੀ ਇੱਟ ਦਾ, ਠੀਕ ਹੈ ਨਾ, ਔਰ ਦੂਸਰਾ ਇਹਦੀ ਪਕਾਈ ਬਹੁਤ ਜ਼ਿਆਦਾ ਹੁੰਦੀ। ਜਿਹੜੀ ਅੱਜ ਦੀ ਹੁੰਦੀ ਆ ਹੁਣ ਜਿਹੜੀਆਂ ਆਉਂਦੀਆਂ ਵਾ ਇਹ ਕਰਦੇ ਵਾ ਤੂੜੀ ਨਾਲ ਪਕਾਈ, ਠੀਕ ਹੈ ਨਾ, ਤੂੜੀ ਨਾਲ ਅਤੇ ਕੋਲਿਆਂ ਨਾਲ ਇਸ ਤਰ੍ਹਾਂ। ਪਹਿਲੇ ਹੁੰਦੀ ਸੀਗੀ ਕਿ ਲੱਕੜ ਦੀ ਪਕਾਈ, ਉਹਦੀ ਜਿਹੜੀ ਇੱਟ ਜਿਹੜੀ ਨਾ ਬੈਸਟ ਹੁੰਦੀ ਸੀਗੀ, ਠੀਕ ਹੈ ਨਾ। ਹੁਣ ਉੱਥੇ ਹੀ ਮਿੱਸਾ ਵੀ ਵਿੱਚ ਪਾਈ ਜਾਂਦੇ ਵਾ, ਮਿੱਸਾ ਹੁਣ ਮੇਰੇ ਭੈਣ ਭਾਈ ਨੇ ਕਹਿਣਾ ਉਹ ਕਿਹੜੀ ਚੀਜ਼ ਹੁੰਦੀ, ਕਈਆਂ ਨਹੀਂ ਪਤਾ ਹੁੰਦਾ। ਮਿੱਸਾ ਮਸਲਣ ਆ ਜਿਹੜੀ ਮੂੰਗੀ ਨਹੀਂ ਗਾਉਂਦੇ ਹੈਗੇ, ਮੂੰਗੀ ਦਾ ਮਿੱਸਾ ਹੁੰਦਾ ਵਾ, ਠੀਕ ਹੈ ਨਾ, ਉਹਦੇ ਨਾਲ ਵੀ ਪਕਾਉਂਦੇ ਵਾ। ਇਸ ਕਰਕੇ ਨਾ ਇਹ ਇੱਟ ਦੇ ਵਿੱਚ ਅਤੇ ਉਸ ਇੱਟ 'ਚ ਬੜਾ ਫਰਕ ਹੁੰਦਾ ਵਾ। ਮਾਸ਼ਾਅੱਲਾ ਅਲਹਮਦੁਲਿਲਾ ਇੱਕ ਅਤੇ ਦੋ ਤਿੰਨ ਵਾਰ ਲੱਗ ਚੁੱਕੇ ਆ, ਸ਼ਾਮ ਦਾ ਟਾਈਮ ਵੀ ਹੋ ਚੁੱਕਿਆ ਵਾ, ਅਤੇ ਮਸਾਲਾ ਥੋੜ੍ਹਾ ਜਿਹਾ ਬਚਿਆ ਸੀਗਾ, ਕਿਉਂਕਿ ਥੱਲੀ ਜਿਹੜੀ ਆ ਹੈਗੀ ਨਾ ਮਸਲ ਪੜਦੇ ਦੇ ਨਾਲ 4 ਇੰਚ, ਉਹਦੇ ਉੱਤੇ ਨਾ ਖਪਰਾ, ਮੈਂ ਕਿਹਾ ਇਹਦੇ ਉੱਤੇ ਨਾ ਖਪਰਾ ਦਾ ਜਿਹੜਾ ਤਸਲਾ ਨਾ ਬਚਿਆ। ਇਹ ਜਿਸ ਤਰੀਕੇ ਨਾ ਮੈਂ ਦਿਖਾਉਣਾ, ਇਸ ਤਰੀਕੇ ਮਸਲਣ ਇਸ ਤਰੀਕੇ ਨਾਲ ਮੈਂ ਕਿਹਾ ਇੱਥੇ ਨਾ ਖਪਰਾ ਦੋ ਮਾਲ, ਅਤੇ ਅੱਲਾ ਖੈਰ ਕਰੇ ਅਲਹਮਦੁਲਿਲਾ
ਇਹ ਅੱਜ ਦਾ ਜਿਹੜਾ ਸਾਡਾ ਕੰਮ ਹੈ ਇੱਥੇ ਤੱਕ ਮਾਸ਼ਾਅੱਲਾ ਅਲਹਮਦੁਲਿਲਾ ਪਹੁੰਚ ਚੁੱਕਿਆ ਵਾ। ਕਾਫੀ ਲੇਟ ਹੀ ਬਾਈ ਮਿਸਤਰੀ ਬਾਈ ਕਾਫੀ ਲੇਟ ਹੋ ਚੁੱਕਿਆ ਵਾ, ਨਮਾਜ਼ ਦਾ ਟਾਈਮ ਵੀ ਹੋ ਗਿਆ ਕਿਉਂਕਿ ਅਜ਼ਾਨ ਹੋ ਗਈ ਵਾ ਅਤੇ ਮੈਂ ਨਮਾਜ਼ ਪੜ੍ਹਨੀ ਆ। ਮੈਂ ਸਭ ਤੋਂ ਪਹਿਲੇ ਆਖਿਆ ਬਾਈ ਉਹਨਾਂ ਨੂੰ, ਮੈਂ ਕਿਹਾ ਤੁਸੀਂ ਨਾ ਇਹ ਕਰੋ, ਇਹ ਮਸਾਲਾ ਖਪਰਾ ਦਿਓ ਅਤੇ ਫਿਰ ਅੱਲਾ ਖੈਰ ਕਰੇ ਛੁੱਟੀ ਕਰੋ। ਅਤੇ ਇਹ ਵੀ ਛੁੱਟੀ ਕਰਨ ਲੱਗੇ, ਮੈਂ ਨਮਾਜ਼ ਦੀ ਤਿਆਰੀ ਕਰਨ ਲੱਗਾ ਵਾਂ ਕਿਉਂਕਿ ਨਮਾਜ਼ ਦਾ ਟਾਈਮ ਹੋ ਚੁੱਕਿਆ ਵਾ, ਅਜ਼ਾਨ ਹੋ ਗਈ ਵਾ ਅਤੇ ਬੱਚੇ ਅਲਹਮਦੁਲਿਲਾ ਨਮਾਜ਼ ਪੜ੍ਹਦੇ ਪਏ ਵਾ। ਹਾਂਜੀ ਰੋਟੀ ਬਣਾ ਕੇ ਲੈ ਕੇ, ਚਲੋ ਠੀਕ ਹੋ ਗਿਆ। ਅਲੀ ਰਜ਼ਾ ਅਤੇ ਗੁਲਾਮ ਮੁਹੰਮਦ ਨਮਾਜ਼ ਪੜ੍ਹਨ ਦੇ ਵਾ। ਅਤੇ ਅੱਛਾ ਜੀ, ਅਸੀਂ ਇੱਥੇ ਆਪਣੀ ਵੀਡੀਓ ਦਾ ਕਰਦੇ ਐਂਡ, ਜੋ ਵੀ ਅੱਜ ਦੀ ਰੂਟੀਨ ਸੀ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕੀਤੀ। ਮੇਰੇ ਭੈਣ ਭਾਈ ਨੂੰ ਵੀਡੀਓ ਪਸੰਦ ਆਉਂਦੀ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਔਰ ਮੇਰੇ ਹੱਕ 'ਚ ਦੁਆ ਵੀ ਕਰਨਾ ਔਰ ਮੇਰੇ ਬੱਚਿਆਂ ਦੇ ਹੱਕ 'ਚ ਵੀ ਦੁਆ ਕਰਨਾ ਜਿਹੜਾ ਕੰਮ ਚਾਲੂ ਕੀਤਾ ਵਾ ਇਹ ਤੋੜ ਚੜ੍ਹ ਜਾਵੇ, ਅੱਲਾ ਖੈਰ ਕਰੇ ਖੈਰ ਕਰੀਏ ਦੇ ਨਾਲ। ਠੀਕ ਹੈ ਨਾ, ਇੱਕ ਕਮਰਾ ਤਿਆਰ ਕਰਨਾ ਵਾ ਅਤੇ ਔਰ ਮੇਰੀ ਭੈਣ ਵਾਸਤੇ ਵੀ, ਜਿਹੜੀ ਮੇਰੀ ਭੈਣ ਨੇ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਵਾ ਯੂਕੇ ਦੇ ਵਿੱਚੋਂ, ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ, ਇਸ ਵੀਡੀਓ 'ਚ ਵੀ ਦੱਸਦਾ ਵਾਂ। ਕੁਮੈਰ ਦੀ ਭੈਣ ਮੇਰੀ ਭੈਣ ਮਾਸ਼ਾਅੱਲਾ, ਸਾਡਾ ਰਿਸ਼ਤਾ ਵੀ ਅੱਲਾ ਤਾਲਾ ਸਦਾ ਬਰਕਰਾਰ ਰੱਖੇ, ਔਰ ਕਿਦਾਂ ਨਾ ਵਾ ਇਹ ਜਿਹੜਾ ਕੰਮ ਹੈਗਾ ਉਹ ਵੀ ਅਲਹਮਦੁਲਿਲਾ ਤੋੜ ਚੜ੍ਹੇ। ਠੀਕ ਹੈ, ਅਤੇ ਕਿਉਂਕਿ ਇਹ ਬੱਚਿਆਂ ਦਾ ਵਾਸਤੇ ਬਣਾਉਣ ਦਿਆਂ ਵਾਂ, ਚਲੋ ਇੱਕ ਕਮਰਾ ਤਿਆਰ ਹੋ ਜਾਏਗਾ ਫਿਰ ਅੱਲਾ ਖੈਰ ਕਰੇ। ਅਤੇ ਅੱਛਾ ਜੀ, ਨਮਾਜ਼ ਦਾ ਟਾਈਮ ਆ ਕਿਉਂਕਿ ਇੰਨੀਆਂ ਹੁਣ ਗੱਲਾਂ ਵੀ ਨਹੀਂ ਹੁੰਦੀਆਂ ਹੈਗੀਆਂ, ਅਤੇ ਅਸੀਂ ਇੱਥੇ ਆਪਣਾ ਕਰਦੇ ਵੀਡੀਓ ਦਾ ਐਂਡ। ਅਤੇ ਸਾਨੂੰ ਦਿਓ ਇਜਾਜ਼ਤ ਰਹੀ ਜ਼ਿੰਦਗੀ, ਇਨਸ਼ਾਅੱਲਾ ਨੈਕਸਟ ਵੀਡੀਓ 'ਚ ਰੱਬ ਸੋਹਣੇ ਦੇ ਹਵਾਲੇ। ਅੱਲਾ ਹਾਫਿਜ਼, ਅੱਲਾ ਹਾਫਿਜ਼।